ਪੰਜਾਬ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਗੁਰਦਾਸਪੁਰ ਪਹੁੰਚ ਕੇ ਜ਼ਿਲ੍ਹਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਕੀਤੀ ਗਈ, ਜਿਸ ਵਿੱਚ ਕਵਲਪ੍ਰੀਤ ਸਿੰਘ ਕਾਕੀ ਨੂੰ ਜ਼ਿਲ੍ਹਾ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਧਰਮਵੀਰ ਲਾਡੀ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਮੌਕੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਬੱਡੀ ਦੇ ਨਾਮ 'ਤੇ ਗੈਂਗਸਟਰ 2 ਨੰਬਰ ਦੇ ਪੈਸੇ ਨੂੰ ਬਾਹਰਲੇ ਮੁਲਕਾਂ 'ਚ ਸੈੱਟ ਕਰ ਰਹੇ ਹਨ ਅਤੇ ਗੈਂਗਸਟਰ ਨਾਮਵਾਰ ਖਿਡਾਰੀਆਂ ਨੂੰ ਖੇਡਣ ਸਮੇਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਕਬੱਡੀ ਫੈਡਰੇਸ਼ਨ ਦੀ ਜਾਂਚ ਹਾਈਕੋਰਟ ਦੇ ਕਿਸੇ ਰਿਟਾਇਰਡ ਜੱਜ ਤੋਂ ਕਰਵਾਉਣੀ ਚਾਹੀਦੀ ਹੈ, ਤਾਂ ਹੀ ਸੱਚ ਸਾਹਮਣੇ ਆ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਤਾਂ ਬਿਨਾਂ ਜਾਂਚ ਕੀਤੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੈਂਗਸਟਰ ਮਾਮਲੇ 'ਤੇ ਕਲੀਨ ਚਿੱਟ ਦੇ ਦਿੱਤੀ ਹੈ। ਨਾਲ ਹੀ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਸਲੂਕੀ 'ਤੇ ਕੜੇ ਸ਼ਬਦਾਂ ਦੀ ਨਿੰਦਿਆ ਕੀਤੀ। ਅੱਜ ਜ਼ਿਲ੍ਹਾ ਗੁਰਦਾਸਪੁਰ ਦੀ ਜੋ ਕਬੱਡੀ ਐਸੋਸੀਏਸ਼ਨ ਹੈ ਉਹਦੀ ਸਾਡੀ ਚੋਣ ਰੱਖੀ ਹੋਈ ਸੀ, ਜਿਹੜੀ ਹੁਣੇ ਹੁਣੇ ਮੁਕੰਮਲ ਹੋ ਕੇ ਆਈ ਹੈ। ਸਾਡੀ ਜਿਹੜੀ ਵਾਡੀ ਹੈ ਪੰਜਾਬ ਦੇ ਵਿੱਚ, ਪੰਜਾਬ ਕਬੱਡੀ ਐਸੋਸੀਏਸ਼ਨ, ਇਹ ਇੱਕੋ ਵਾਹਦ ਵਾਡੀ ਹੈ ਜਿਹਦੀ ਚੋਣ ਹਰ 4 ਸਾਲ ਬਾਅਦ ਚੁਣ ਕੇ ਹੁੰਦੀ ਹੈ। ਮੈਂਬਰ ਬਣਦੇ ਨੇ, ਮੈਂਬਰਾਂ ਤੋਂ ਬਾਅਦ ਇਹਦੀ ਚੋਣ ਹੁੰਦੀ ਹੈ। ਪਹਿਲਾਂ ਜ਼ਿਲ੍ਹਾ ਦਾ ਪ੍ਰਧਾਨ ਅਤੇ ਸੈਕਟਰੀ ਦੀ ਚੋਣ ਹੁੰਦੀ ਹੈ, ਉਦੋਂ ਬਾਅਦ ਫਿਰ ਪੰਜਾਬ ਦੀ ਹੁੰਦੀ ਹੈ, ਫਿਰ ਇੰਡੀਆ ਦੀ ਹੁੰਦੀ ਹੈ, ਫਿਰ ਏਸ਼ੀਆ ਦੀ ਹੁੰਦੀ ਹੈ। ਏਸ਼ੀਆ 'ਤੇ ਇੱਕ ਵਾਡੀ ਇਲੈਕਟਡ ਹੈਗੀ ਹੈ ਓਲੰਪਿਕ ਐਸੋਸੀਏਸ਼ਨ ਵੱਲੋਂ, ਸੈਂਟਰ ਦੀ ਸਟੇ ਹਿੰਦੁਸਤਾਨ ਦੀ ਵੱਲੋਂ ਵੀ ਅਤੇ ਪੰਜਾਬ ਦੀ ਵੱਲੋਂ ਵੀ। ਇਕੱਲੀ ਸਾਡੀ ਬਾਡੀ ਰੈਕੋਗਨਾਈਜ਼ ਆ, ਹੋਰ ਕੋਈ ਕਬੱਡੀ ਦੀ ਬਾਡੀ ਰੈਕੋਗਨਾਈਜ਼ ਨਹੀਂ। ਬਣੀ ਬੁਣੀ ਤਾਂ ਕਾਫੀ ਗੁਰਦੀਆਂ ਨੇ, ਪਰ ਕਿਸੇ ਨੂੰ ਕੋਈ ਹੋਰ ਰੈਕੋਗਨਾਈਜ਼ ਨਹੀਂ ਹੈਗੀ। ਸਾਡੀ ਬਾਡੀ ਦੀ ਜਿਹੜੀ ਗੇਮਾਂ ਕਰਾਉਂਦੇ ਅਸੀਂ ਕਬੱਡੀ ਦੀਆਂ, ਸਾਰੀਆਂ ਕੁੜੀਆਂ ਦੀਆਂ, ਮੁੰਡਿਆਂ ਦੀਆਂ, ਇਹਦੇ ਜਿਹੜੇ ਸਰਟੀਫਿਕੇਟ ਹੁੰਦੇ ਉਹ ਨੌਕਰੀ ਦੇ ਵਿੱਚ ਵੀ ਕੰਮ ਆਉਂਦੇ, ਉਹਦੇ ਨੰਬਰ ਮਿਲਦੇ ਆ ਬਕਾਇਦਾ ਉਹਦੇ। ਸੋ ਇਹ ਕਲੈਕਟਡ ਬਾਡੀ ਆ, ਹਰ 4 ਸਾਲ ਬਾਅਦ ਚੁਣੀ ਜਾਂਦੀ ਹੈ। ਸੋ ਅੱਜ ਗੁਰਦਾਸਪੁਰ ਦੀ ਵੀ ਜਿਹੜੀ ਚੋਣ ਅਸੀਂ ਕੀਤੀ ਹੈ, ਇਹਨਾਂ ਨੇ ਸਰਬਸੰਮਤੀ ਨਾਲ ਚੋਣ ਕੀਤੀ ਆ ਹੁਣ ਬੈਠ ਕੇ, ਅਤੇ ਉਹਦੇ 'ਚ ਕਮਲਜੀਤ ਸਿੰਘ ਕਾਕੀ ਜਿਹੜੇ ਪ੍ਰਧਾਨ ਬਣੇ ਨੇ ਗੁਰਦਾਸਪੁਰ ਦੇ, ਵਿਨੋਦ ਕੁਮਾਰ ਜੀ ਸੈਕਟਰੀ ਚੁਣੇ ਨੇ। 2 ਵੋਟਾਂ ਹੁੰਦੀਆਂ ਹਰ ਜ਼ਿਲ੍ਹੇ ਦੀਆਂ, ਜਿਵੇਂ ਸਟੇਟ ਦੀਆਂ 2 ਵੋਟਾਂ ਹੁੰਦੀਆਂ, ਐਵੇਂ ਇੰਡੀਆ ਦੀਆਂ 2 ਵੋਟਾਂ ਹੁੰਦੀਆਂ ਨੇ। ਵਿਨੋਦ ਕੁਮਾਰ ਸਰਪ੍ਰਸਤ, ਇਹਨਾਂ ਦਾ ਪਰਮਵੀਰ ਸਿੰਘ। ਸੋ ਮੈਂ ਇਹਨਾਂ ਨੂੰ ਆਪਣੇ ਵੱਲੋਂ ਵਧਾਈ ਵੀ ਦਿੰਦਾ, ਅਤੇ ਇਹ ਆਸ ਵੀ ਕਰਦਾ ਕਿ ਗੁਰਦਾਸਪੁਰ ਜ਼ਿਲ੍ਹਾ ਕਿ ਬੜਾ ਵਧੀਆ ਖਿਡਾਰੀਆਂ ਦਾ ਜ਼ਿਲ੍ਹਾ ਰਿਹਾ ਕਿਸੇ ਸਮੇਂ, ਹੁਣ ਵੀ ਇਹ ਕੋਸ਼ਿਸ਼ ਕਰਨ ਕਿ ਖੇਡਾਂ ਦੇ ਵਿੱਚ, ਖਾਸ ਕਰਕੇ ਕਬੱਡੀ ਜਿਹਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਆ, ਇਹ ਹੋਰ ਤਕੜੇ ਹੋ ਕੇ ਇਸ ਜ਼ਿਲ੍ਹੇ ਦੇ ਵਿੱਚ ਕਬੱਡੀ ਦੇ ਖੇਤਰ ਵਿੱਚ ਲੜਕੇ ਲੜਕੀਆਂ ਨੈਸ਼ਨਲ ਸਰਕਲ ਸਟਾਈਲ ਇਹਦੇ 'ਤੇ ਹੋਰ ਦੱਬ ਕੇ ਕੰਮ ਕਰਨਗੇ, ਤਾਂ ਕਿ ਬੱਚਿਆਂ ਨੂੰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਲੋੜ ਹੈ ਖੇਡਾਂ ਵੱਲ ਆਉਣ ਦੀ, ਉੱਧਰੇ ਲੈ ਕੇ ਜਾਣ। ਦੇਖੋ, ਕਬੱਡੀ ਦੇ ਵਿੱਚ ਨਾ ਕੋਈ ਨਸ਼ਾ ਆਉਣਾ ਚਾਹੀਦਾ ਅਤੇ ਨਾ ਕੋਈ ਗੈਂਗਸਟਰ ਆਉਣਾ ਚਾਹੀਦਾ। ਕਬੱਡੀ ਲੋਕਾਂ ਦੀ ਖੇਡ ਆ, ਲੋਕਾਂ ਦੀ ਖੇਡ ਹੀ ਰਹਿਣੀ ਚਾਹੀਦੀ ਹੈ। ਇਹ ਠੀਕ ਹੈ ਕਿ ਕੋਸ਼ਿਸ਼ਾਂ ਹੋ ਰਹੀਆਂ ਇਹਨੂੰ ਕਾਬੂ ਕਰਨ ਦੀ ਖਾਤਰ, ਡਰਾਵੇ ਵੀ ਦਿੱਤੇ ਜਾ ਰਹੇ ਨੇ ਕਿ ਤਕੜੇ ਖਿਡਾਰੀਆਂ ਨੂੰ ਜੇ ਤੁਸੀਂ ਉੱਧਰ ਖੇਡੋਗੇ ਤੁਹਾਨੂੰ ਐਂ ਕਰ ਦਿਆਂਗੇ, ਕਈਆਂ ਨੂੰ ਕਾਫੀ ਡਰਾਇਆ ਗਿਆ। ਉਹਦੇ 'ਚ ਹੁਣ ਕੰਮ, ਅਸੀਂ ਤਾਂ ਆਪਣੇ ਵੱਲੋਂ ਮੰਗ ਕੀਤੀ ਹੈ ਸਰਕਾਰ ਤੋਂ ਵੀ ਇਹ ਸਾਰੇ ਤਾਣੇ ਬਾਣੇ ਦੀ ਪੜਤਾਲ ਹੋਣੀ ਚਾਹੀਦੀ ਹੈ। ਹੁਣ ਵੀ ਮੈਂ ਮੰਗ ਕਰਦਾ ਤੁਹਾਡੀ ਹਾਜ਼ਰੀ 'ਚ ਕਿ ਇਹਦੀ ਪੜਤਾਲ, ਕਿਉਂਕਿ ਪੰਜਾਬ ਸਰਕਾਰ ਤਾਂ ਕਰੇਗੀ ਨਹੀਂ, ਇੱਕ ਮਿਨਿਸਟਰ ਦੀ ਗੱਲ ਆ ਗਈ ਇਹਦੇ ਵਿੱਚ, ਜਿੱਥੇ ਮਿਨਿਸਟਰ ਦੀ ਗੱਲ ਆਉਂਦੀ ਹੈ ਉਹ ਮੁੱਖ ਮੰਤਰੀ ਜੀ ਨੇ ਕੱਲ੍ਹ ਕਲੀਨ ਚਿੱਟ ਵੀ ਦੇਤੀ। ਸੋ ਇਹ ਤਾਂ ਗੌਰਮੈਂਟ ਕਰੇਗੀ ਨਹੀਂ। ਅਸੀਂ ਆਸ ਕਰਦੇ ਹਾਂ ਕਿ ਜਾਂ ਤਾਂ ਕੋਈ ਰਿਟਾਇਰਡ ਹਾਈਕੋਰਟ ਦਾ ਜੱਜ ਦੀ ਪੜਤਾਲ ਕਰੇ ਸਾਰੀ, ਜਾਂ ਇਹ ਕੇਸ CBI ਨੂੰ ਦਿੱਤਾ ਜਾਵੇ, ਤਾਂ ਕਿ ਜੋ ਸੱਚ ਹੈ, ਮੈਂ ਨਹੀਂ ਕਹਿੰਦਾ ਕੌਣ ਝੂਠਾ ਕੌਣ ਸੱਚਾ, ਅਖਬਾਰਾਂ 'ਚ ਆ ਗਈ, ਚਰਚਾ ਚੱਲ ਰਹੀ ਹੈ ਬੜੇ ਜ਼ੋਰ ਦੇ ਨਾਲ ਇਸ ਗੱਲ ਦੇ ਉੱਤੇ, ਬੜੇ ਗੰਭੀਰ ਦੋਸ਼ਾਂ ਲੱਗੇ ਨੇ ਕਿ ਲੱਖਾਂ ਦਾ ਕਾਰੋਬਾਰ ਇਹਦੇ ਵਿੱਚ 2 ਨੰਬਰ ਦਾ ਹੋ ਰਿਹਾ। ਸੋ ਇਹਦੀ ਇਨਕੁਆਇਰੀ CBI ਨੂੰ ਦੇ ਦੇਣੀ ਚਾਹੀਦੀ ਹੈ, ਤਾਂ ਕਿ ਸੱਚ ਝੂਠ ਜਿਹੜਾ ਨਿਕਲ ਕੇ ਲੋਕਾਂ ਦੇ ਸਾਹਮਣੇ ਆ ਜਾਏ, ਜਿਹੜਾ ਕੋਈ ਦੋਸ਼ੀ ਹੈ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਜਾਵੇ। ਨਹੀਂ, ਮੈਂ ਉਹੀ ਤਾਂ ਮੈਂ ਗੱਲ ਕਹਿੰਦਾ ਵੀ ਕਲੀਨ ਚਿੱਟ, ਕੋਈ ਇਨਕੁਆਇਰੀ ਤਾਂ ਹੋਈ ਨਹੀਂ। ਕਲੀਨ ਚਿੱਟ ਤਾਂ ਹੁੰਦੀ ਹੈ ਕੋਈ ਇਨਕੁਆਇਰੀ ਹੋਵੇ, ਲੋਕਾਂ ਦੇ ਬਿਆਨ ਲਏ ਜਾਣ, ਕਿਤੇ ਬੈਠ ਕੇ ਕੋਈ ਅਫਸਰ ਸਾਰਿਆਂ ਨੂੰ ਸੱਦੇ, ਦੋਨਾਂ ਧਿਰਾਂ ਨੂੰ ਦੋਸ਼ ਲਾਉਣ ਵਾਲਿਆਂ ਨੂੰ ਵੀ ਸੱਦੇ, ਜਿਨ੍ਹਾਂ 'ਤੇ ਲੱਗੇ ਉਹਨਾਂ ਨੂੰ ਵੀ ਸੱਦੇ, ਬੈਠ ਕੇ ਉਹ ਸਾਰਾ ਗੱਲ ਹੋਵੇ। ਇਨਕੁਆਇਰੀ ਤਾਂ ਕਿਤੇ ਹੋਈ ਨਹੀਂ, ਕਲੀਨ ਚਿੱਟ ਹੀ ਹੈ ਜਦੋਂ ਕੋਈ ਇਨਕੁਆਇਰੀ ਨਹੀਂ ਹੋਈ। ਦੱਸੋ ਕਿੱਥੇ ਇਨਕੁਆਇਰੀ ਹੋਈ ਹੈ, ਕੌਣ ਅਫਸਰ ਕਿੱਥੇ ਕਰਨ ਆਇਆ ਇਨਕੁਆਇਰੀ, ਇਨਕੁਆਇਰੀ ਤਾਂ ਹੋਈ ਕੋਈ ਨਹੀਂ। ਦੇਖੋ, ਸਾਡੇ ਹੁਣੇ ਹੁਣੇ ਇਸ ਤੋਂ ਬਾਅਦ ਇੱਕ ਆਪਣੇ ਹੁਣੇ ਵਰਲਡ ਕੱਪ ਸਰਕਾਰ ਕਰਾ ਕੇ ਹਟੀ ਹੈ, ਕਰਾਇਆ ਉਹ ਸਾਡੀ ਫੈਡਰੇਸ਼ਨ ਨੇ ਹੀ ਹੈ, ਕਰਾਇਆ ਪੰਜਾਬ ਸਰਕਾਰ ਨੇ ਹੈ, ਭਾਵੇਂ ਉਹਦੇ 'ਚ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ 'ਤੇ ਕਰਾਉਂਦੇ ਹਾਂ ਤੁਸੀਂ, ਬੜੀ ਚੰਗੀ ਗੱਲ ਆ, ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ, ਅਸੀਂ ਦਿੱਤਾ ਵੀ ਹੈ ਵੀ ਤੁਸੀਂ ਇਨਾਮ ਥੋੜ੍ਹੇ ਜਿਹੇ ਵੱਡੇ ਕਰ ਦਿਓ। ਪਰ ਉਹਨਾਂ ਦੀ ਕੋਈ ਮਾਲੀ ਮੂਲੀ ਹਾਲਤ ਨਹੀਂ ਸੀ ਠੀਕ, ਉਹਨਾਂ ਨੇ ਇਨਾਮ ਸਾਡੇ ਵੱਡੇ ਨਹੀਂ ਕੀਤੇ, 25 ਲੱਖ ਦਾ ਹੀ ਰੱਖਿਆ। ਸਾਡੇ ਵੇਲੇ 2 ਕਰੋੜ ਦਾ ਨਾਮ ਸੀ ਫਸਟ, 2nd ਕਰੋੜ ਦਾ ਸੀ, ਲੜਕੀਆਂ ਦਾ ਵੀ 1 ਕਰੋੜ ਦਾ ਸੀ। ਹੁਣ ਪਾਕਿਸਤਾਨ ਦੇ ਵਿੱਚ ਹੋ ਰਿਹਾ ਜਨਵਰੀ ਦੇ ਵਿੱਚ, 12 ਤੋਂ 18 ਜਨਵਰੀ ਤਾਈਂ ਪਾਕਿਸਤਾਨ ਦੇ ਵਿੱਚ ਵੀ ਵਰਲਡ ਕੱਪ ਹੋ ਰਿਹਾ, ਉਹਨਾਂ ਦਾ ਨਾਮ 1 ਕਰੋੜ ਰੁਪਈਆ, ਪਹਿਲਾ ਜਿਹੜਾ ਪ੍ਰਾਈਜ਼ ਆ 1 ਕਰੋੜ। ਪੰਜਾਬ ਦੇ ਵਿੱਚ ਤਾਂ ਆਪਾਂ ਇੱਕ ਗੱਲ, ਖੇਡਾਂ ਤਾਂ ਜੇ ਸੱਚ ਹੈ ਜਿਹੜੀ ਮੈਂ ਗੱਲ ਕਹਿੰਦਾ, ਕ੍ਰਿਕਟ ਨੂੰ ਛੱਡ ਕੇ ਸਾਰੀਆਂ ਖੁੱਡੇ ਲੈਣ, ਕਬੱਡੀ ਵੀ ਖੁੱਡੇ ਲੈਣੀ ਆ। ਮੈਂ ਨਹੀਂ, ਪੰਜਾਬ 'ਚ ਵੀ ਕ੍ਰਿਕਟ 'ਤੇ ਹੀ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ, ਚਾਹੇ ਤੁਹਾਡੀ ਪ੍ਰੈਸ ਹੈ, ਪ੍ਰਿੰਟ ਮੀਡੀਆ ਹੈ, ਚਾਹੇ ਇਲੈਕਟ੍ਰੋਨਿਕ ਮੀਡੀਆ ਹੈ, ਸਾਰਾ ਕ੍ਰਿਕਟ ਨੂੰ ਹੀ ਦੱਬੀ ਫਿਰਦਾ, ਕਿਉਂਕਿ ਉਹਦੇ 'ਚ ਇਸ਼ਤਿਹਾਰਬਾਜ਼ੀ ਜ਼ਿਆਦਾ, ਪੈਸੇ ਜ਼ਿਆਦਾ। ਇਹ ਵੀ
ਪਰ ਕਿਉਂਕਿ ਕਬੱਡੀ ਪੰਜਾਬ ਦੀ ਜ਼ਿਆਦਾ ਪਾਪੂਲਰ ਖੇਡ ਹੈ, ਲੋਕ ਆਪਾਂ ਨੂੰ ਥੋੜ੍ਹਾ ਜਿਹਾ ਉੱਧਰ ਵੀ ਜਾਣਾ ਪੈਂਦਾ ਜਿੱਧਰ ਲੋਕ ਵੀ ਜਾਂਦੇ ਨੇ। ਕਬੱਡੀ ਵੱਲ ਲੋਕ ਥੋੜ੍ਹਾ ਜਿਹਾ ਜ਼ਿਆਦਾ ਜਾਂਦੇ ਨੇ, ਲੋਕਾਂ ਦੇ ਮਨਾਂ 'ਚ ਰਚੀ ਹੈ, ਸੌਖੀ ਖੇਡ ਹੈ, ਆਮ ਪਿੰਡਾਂ ਦੇ ਬੱਚੇ ਵੀ ਖੇਡ ਲੈਂਦੇ ਆ, ਕੋਈ ਖਰਚਾ ਨਹੀਂ ਹੁੰਦਾ ਇਹਦੇ 'ਤੇ ਵਾਲਾ। ਪਰ ਮੈਂ ਇਸ ਗੱਲ 'ਤੇ ਸਹਿਮਤ ਹਾਂ ਕਿ ਜਿਵੇਂ ਆਪਣੀ ਹਾਕੀ ਹੈ, ਪੰਜਾਬ ਦੀ ਬੜੀ ਉੱਪਰ ਰਹੀ ਹੈ, ਹਰ ਗੱਲ ਦੇ ਵਿੱਚ ਰਹੀ ਹੈ, ਬਾਸਕਟਬਾਲ ਹੈ, ਵਾਲੀਬਾਲ ਹੈ, ਫੁੱਟਬਾਲ ਹੈ, ਹੋਰ ਖੇਡਾਂ ਨੇ ਪੰਜ ਚਾਰ। ਮੇਰੀ ਸਮਝ ਬੰਦ ਤਾਂ ਸਪੋਰਟਸ ਕਾਲਜ ਕੋਈ ਨਹੀਂ ਹੋਇਆ, ਗ੍ਰਾਂਟ ਗਰੂੰਟ ਇਹਨਾਂ ਤੋਂ ਨਹੀਂ। ਸਪੋਰਟਸ ਕਾਲਜ ਪੰਜਾਬ ਦੇ ਵਿੱਚ ਦੋ ਨੇ, ਇੱਕ ਜਲੰਧਰ ਹੈ, ਇੱਕ ਬਠਿੰਡੇ ਹੈ। ਹਾਂ, ਬੰਦ ਨਹੀਂ ਹੋਣਾ ਚਾਹੀਦਾ, ਕੋਈ ਨਾ ਬੰਦ ਹੋਣ ਦਿਆਂਗੇ, ਕੋਈ ਗ੍ਰਾਂਟਾਂ ਗਰੂੰਟਾਂ ਦੀ ਕੋਈ ਪ੍ਰੋਬਲਮ ਆਈ ਹੋਏਗੀ ਤਾਂ ਮਾੜੀ ਗੱਲ ਹੈ। ਸਪੋਰਟਸ ਕਾਲਜ ਬਿਲਕੁਲ ਨਹੀਂ ਬੰਦ ਕਰਨੇ ਚਾਹੀਦੇ, ਜੋ ਕਰਦਾ ਜੇ ਕੋਈ ਗੌਰਮੈਂਟ ਇਹ ਸੋਚਦੀ ਹੈ ਤਾਂ ਬੜੀ ਵੱਡੀ ਇੱਕ ਕਿਸਮ ਦਾ ਧੋਖਾ ਹੋਏਗਾ ਪੰਜਾਬ ਦੇ ਲੋਕਾਂ ਨਾਲ। ਸੋ ਮੈਂ ਤਾਂ ਉਦੋਂ ਅੱਗੇ ਆਉਣ ਲੱਗਿਆ ਸੀ ਕਿ ਇੱਕ ਸੈਂਟਰ ਨੂੰ ਇੱਕ ਬੋਰਡ ਬਣਾ ਦੇਣਾ ਚਾਹੀਦਾ। ਜੇ ਹੁਣ ਕ੍ਰਿਕਟ ਲੈ ਲਓ, ਕ੍ਰਿਕਟ ਦੇ ਵਿੱਚ ਇੰਨਾ ਪੈਸਾ ਕਿ ਜਿਹੜੇ ਉਹਨਾਂ ਦੇ ਖਿਡਾਰੀ ਆ ਉਹ ਅਰਬਾਪਤੀ ਹੋ ਗਏ ਨੇ, ਦੂਜੇ ਵਿਚਾਰੇ ਖਿਡਾਰੀ ਚਾਹੇ ਉਹ ਹਾਕੀ ਵਾਲੇ ਨੇ, ਚਾਹੇ ਫੁੱਟਬਾਲ ਵਾਲੇ ਨੇ, ਚਾਹੇ ਕਬੱਡੀ ਵਾਲੇ ਵੀ ਨੇ, ਉਹ ਭੁੱਖੇ ਮਰਦੇ ਨੇ। ਇਹ ਚਾਹੀਦਾ ਕਿ ਇੱਕ ਸੈਂਟਰਲ ਬੋਰਡ ਬਣ ਜਾਵੇ, ਸਾਰਾ ਪੈਸਾ ਉੱਥੇ ਇਕੱਠਾ ਹੋਵੇ, ਉੱਥੋਂ ਫਿਰ ਸਟੇਟਾਂ ਨੂੰ ਵੀ ਅਤੇ ਬਾਕੀ ਗੇਮਾਂ ਨੂੰ ਵੀ ਹਿੰਦੁਸਤਾਨ ਦੀਆਂ ਨੂੰ ਵੰਡ ਕੇ ਪੈਸਾ ਉਹ ਸਾਰਾ ਸੈਂਟਰ ਗੌਰਮੈਂਟ ਦੇਵੇ, ਕੁਛ ਆਪ ਪੈਸੇ ਪਾਵੇ, ਕੁਛ ਉਹ ਜਿਹੜਾ ਇੰਨਾ ਵੱਡਾ ਅਰਬਾਂ ਰੁਪਇਆ ਉੱਥੇ ਇਕੱਠਾ ਹੋਇਆ ਪਿਆ ਕ੍ਰਿਕਟ ਦੇ ਵਿੱਚ, ਜਿਹਦਾ ਕੋਈ ਐਵੇਂ ਜਮ੍ਹਾਂ ਹੋਇਆ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ। ਦੇਖੋ, ਕਬੱਡੀ ਦੇ ਵਿੱਚ ਨਸ਼ਾ ਹੈਗਾ, ਮੈਂ ਤਾਂ ਇਨਕਾਰ ਨਹੀਂ ਕਰਦਾ, ਜਿਹੜੀ ਸਹੀ ਗੱਲ ਆ ਉਹ ਸਹੀ ਹੈ। ਅਸੀਂ ਜਿੰਨੇ ਵਰਲਡ ਕੱਪ ਕਰਾਇਆ ਸਾਰਿਆਂ 'ਚ ਡੋਪ ਟੈਸਟ ਕਰਾਉਂਦੇ ਸੀ, ਕਿਸੇ ਨੂੰ ਨਸ਼ੇ ਵਾਲੇ ਨੂੰ ਖੇਡਣ ਨਹੀਂ ਸੀ ਦਿੰਦੇ, ਬੈਨ ਲਾਉਂਦੇ ਸੀ ਦੋ ਦੋ ਤਿੰਨ ਤਿੰਨ ਸਾਲ ਦਾ। ਹੁਣ 3 ਸਾਲ ਦਾ ਕੋਈ ਵਰਲਡ ਕੱਪ ਹੋਇਆ ਨਹੀਂ, ਇਹ ਨਹੀਂ ਹੋਣਾ ਚਾਹੀਦਾ ਬਿਲਕੁਲ। ਸਖਤੀ ਨਾਲ ਹੁਣ ਵੇਲਾ ਆ ਗਿਆ ਕਿ ਇਹਨੂੰ ਤਾਂ ਆਪਾਂ ਸਖਤੀ ਨਾਲ ਕਰੀਏ। ਇਹ ਨਸ਼ਾ ਕੋਈ ਇਹ ਨਹੀਂ ਕਿ ਆਪਣੇ ਪੰਜਾਬ ਦੇ ਵਿੱਚੋਂ ਕਿਸੇ ਰੋਡ ਚੱਲਿਆ ਖਿਡਾਰੀਆਂ ਦੇ ਵਿੱਚ। ਮੈਂ 97 ਦੇ ਵਿੱਚ ਪਹਿਲੀ ਵਾਰ ਕੈਨੇਡਾ ਗਿਆ ਸੀਗਾ, ਉੱਥੇ ਮੈਨੂੰ ਸੱਦਿਆ ਵੀ ਖੇਡਾਂ ਦੇ ਉੱਤੇ ਸੀ, ਟੋਰਾਂਟੋ ਟੂਰਨਾਮੈਂਟ ਦੇ ਉੱਤੇ। ਆਹ ਜਿਹੜੀ ਚਿੱਟੇ ਦੀ ਗੱਲ ਆਪਾਂ ਹੁਣ ਕਰਦੇ ਹਾਂ ਇੱਥੇ, ਉਹ 97 'ਚ ਉਦੋਂ ਚਿੱਟਾ ਉੱਥੇ ਦਿੱਤਾ ਜਾ ਰਿਹਾ ਸੀ ਖਿਡਾਰੀਆਂ ਨੂੰ। ਮੈਂ ਕਿਹਾ ਵੀ ਤਾਂ ਬੜੀ ਮਾੜੀ ਗੱਲ ਹੈ, ਮੈਂ ਮੁੜ ਕੇ ਨਹੀਂ ਗਿਆ ਉੱਥੇ ਕਿਸੇ ਟੂਰਨਾਮੈਂਟ ਦੇ ਉੱਤੇ। ਸੋ ਨਸ਼ਾ ਤਾਂ ਖੇਡਾਂ ਨਾਲ ਕੋਈ ਤਲਕ ਹੀ ਨਹੀਂ ਹੈਗਾ ਨਸ਼ੇ ਦਾ, ਤਾਂ ਜਿਹੜਾ ਵੀ ਕੋਈ ਕਰਾਉਂਦਾ। ਪਰ ਉੱਥੇ ਕਲੱਬ ਨੇ, ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ, ਆਪਣੇ ਇੰਗਲੈਂਡ ਦੇ ਵਿੱਚ ਵੀ, ਐਰਕੀ ਉਹਨਾਂ ਨੇ ਹੁਣ ਇੱਕ ਫੈਸਲਾ ਕੀਤਾ ਪਿੱਛੇ ਇਕੱਠੇ ਹੋ ਕੇ ਕਿ ਅਸੀਂ ਕੋਈ ਖਿਡਾਰੀ ਨਸ਼ੇ ਵਾਲਾ ਖਿਡਾਵਾਂਗੇ ਨਹੀਂ। ਐਰਕੀ ਤੁਸੀਂ ਵੇਖਿਆ ਹੋਣਾ ਕਿ ਖਿਡਾਰੀ ਉੱਧਰ ਗਏ ਵੀ ਘੱਟ, ਇਸ ਕਰਕੇ ਕਿ ਅਸੀਂ ਟੈਸਟ ਕਰਾਂਗੇ। ਮੈਂ ਤਾਂ ਕਹਿੰਦਾ ਇੱਕ ਕਾਨੂੰਨ ਬਣਾ ਦੇਣਾ ਚਾਹੀਦਾ, ਜਿਹੜਾ ਵੀ ਖਿਡਾਰੀ ਕੋਈ ਨਸ਼ਾ ਕਰਕੇ ਖੇਡਦਾ ਜਾਂ ਟੀਕਾ ਲਾ ਕੇ ਖੇਡਦਾ ਜਾਂ ਕੋਈ ਹੋਰ ਗੱਲ ਕਰਦਾ, ਉਹਨੂੰ ਵੀ ਸਜ਼ਾ ਦਾ ਪ੍ਰਵਾਨ ਹੋਣਾ ਚਾਹੀਦਾ ਵੀ ਇੰਨੀ ਸਜ਼ਾ ਹੋਏਗੀ ਜੇ ਫੜਿਆ ਗਿਆ, ਜਦੋਂ ਟੈਸਟ ਦੇ ਵਿੱਚ ਆ ਗਿਆ। ਅਤੇ ਜਿਹੜਾ ਕਲੱਬ ਖਿਡਾਉਂਦਾ, ਕੋਈ ਵੀ ਕਲੱਬ ਖਿਡਾਉਂਦਾ ਜਿਹਦੇ ਵੱਲੋਂ ਖੇਡਦਾ, ਅਸਲ ਕਲੱਬ ਵਾਲੇ ਟੀਕੇ ਲਵਾਉਂਦੇ ਆ ਉਹਨਾਂ ਦੇ, ਉਹ ਕਹਿੰਦੇ ਵੀ ਆਪਣਾ ਕਲੱਬ ਜਿੱਤਣਾ ਚਾਹੀਦਾ, ਜੋ ਮਰਜ਼ੀ ਹੋ ਜੇ ਜਿੱਤਣਾ ਚਾਹੀਦਾ। ਜਿੱਥੇ ਕਬੱਡੀ ਜਾਂ ਖੇਡਾਂ ਬਾਕੀ ਵੀ ਜਿੱਤਣ ਵਾਸਤੇ ਨਹੀਂ ਹੈਗਾ, ਇਹ ਖੇਡਣ ਵਾਸਤੇ ਆ। ਜਿੱਥੇ ਇਹ ਦੌੜ ਲੱਗ ਜੇ ਕਿ ਮੇਰੇ ਕਲੱਬ ਨੂੰ ਜਿੱਤਣਾ ਚਾਹੀਦਾ, ਫਿਰ ਉਹ ਟੀਕੇ ਲਵਾਉਂਦੇ ਨੇ, ਅਤੇ ਟੀਕੇ ਲਾ ਕੇ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ। ਅਸੀਂ ਖੇਡਦੇ ਰਹੇ ਹਾਂ ਪਹਿਲਾਂ, ਆਪ ਅਸੀਂ ਤਾਂ ਕਦੇ ਵੇਖਿਆ ਨਹੀਂ ਸੀ ਕੋਈ ਨਸ਼ਾ ਕੀ ਹੁੰਦਾ, ਜਾਣਦੇ ਵੀ ਨਹੀਂ ਹੁੰਦੇ ਸੀ ਵੀ ਕੀ ਨਸ਼ਾ ਹੁੰਦਾ, ਅਤੇ ਹੁਣ ਇਹਨਾਂ ਨੂੰ ਕੀ ਹੈ ਜੇ ਸਾਰੇ ਇਹਨਾਂ ਨਸ਼ੇ ਕਾਰਨ ਤਾਂ ਇੱਕੋ ਜਿਹੇ ਆ ਨਾ ਫਿਰ ਵੀ, ਅਤੇ ਟੀਕੇ ਲਾ ਕੇ ਵੀ ਸਾਰੇ ਇੱਕੋ ਜਿਹੇ ਆ, ਫਾਇਦਾ ਕੀ ਹੁੰਦਾ ਉਹਦਾ ਫਿਰ। ਸੋ ਇਸ ਕਰਕੇ ਸਾਡੀ ਗੌਰਮੈਂਟ ਜਦੋਂ ਗਾਹਾਂ ਨੂੰ ਆਏਗੀ, ਜੇ ਪਰਮਾਤਮਾ ਨੇ ਕਿਰਪਾ ਕੀਤੀ, ਅਸੀਂ ਕਾਨੂੰਨ ਇਹਦੇ ਵਿੱਚ ਜ਼ਰੂਰ ਬਣਾਵਾਂਗੇ ਕਿ ਜਿਹੜੇ ਕਲੱਬ ਖਿਡਾਉਂਦੇ ਨੇ ਨਸ਼ੇ ਵਾਲੇ ਖਿਡਾਰੀਆਂ ਨੂੰ, ਉਹਨਾਂ 'ਤੇ ਵੀ ਕਾਨੂੰਨ ਬਣਾ ਕੇ ਪਰਚੇ ਦੇਵਾਂਗੇ, ਜਿਹੜੇ ਖਿਡਾਰੀ ਖੇਡਣਗੇ ਉਹਨਾਂ ਨੂੰ ਵੀ ਸਜ਼ਾ ਦਾ ਪ੍ਰਦਾਨ ਕਰਾਂਗੇ। ਦੇਖੋ, ਅਸੀਂ ਬੜਾ ਜ਼ੋਰ ਲਾਇਆ ਸੀਗਾ ਵੀ ਉਹਨਾਂ ਨੂੰ ਵੀਜ਼ਾ ਮਿਲ ਜਾਵੇ, ਬਹੁਤ ਅਸੀਂ ਕੋਸ਼ਿਸ਼ ਕੀਤੀ ਹੈ, ਮੈਂ ਆਪ ਵੀ ਬੜੀ ਕੋਸ਼ਿਸ਼ ਕੀਤੀ ਹੈ, ਪੰਜਾਬ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਹੈ, ਅਸੀਂ ਦਿੱਲੀ ਮਿਲੇ ਵੀ, ਪਤਾ ਨਹੀਂ ਕੀ ਹਲੇ ਆਪਣੀ ਗੌਰਮੈਂਟ ਦੀ ਕੋਈ ਪਾਲਿਸੀ ਹੈ ਉਹਨਾਂ ਦੀ, ਕਿਸੇ ਵੀ ਗੇਮ ਨੂੰ ਹਾਲ ਤੱਕ ਹਾਕੀ ਨੂੰ ਵੀ ਨਹੀਂ ਦਿੱਤਾ, ਆਪਾਂ ਨੂੰ ਵੀ ਵੀਜ਼ਾ ਨਹੀਂ ਦਿੱਤਾ ਪਾਕਿਸਤਾਨ ਨੂੰ। ਮੇਰੀ ਸਮਝ 'ਚ ਦੇਸ਼ਾਂ ਨੂੰ ਵੀ ਖੇਡਾਂ 'ਚ ਰਾਜਨੀਤੀ ਨਹੀਂ ਲਿਆਉਣੀ ਚਾਹੀਦੀ, ਕਿਸੇ ਦੇਸ਼ ਨੂੰ ਵੀ, ਜਾਂ ਆਪਣਾ ਦੇਸ਼ ਹੈ ਚਾਹੇ ਭਾਵੇਂ ਚਲੇ ਪਾਕਿਸਤਾਨ ਹੈ, ਖੇਡਾਂ 'ਚ ਰਾਜਨੀਤੀ ਨਹੀਂ ਵੜਨੀ ਚਾਹੀਦੀ। ਖੇਡਾਂ ਜਿੰਨਾ ਨੇੜਿਓਂ ਅਸੀਂ ਦੋਨੇ ਦੇਸ਼ ਖੇਡ ਸਕਦੇ ਹਾਂ ਵਧੀਆ, ਉਹ ਨਹੀਂ ਸੀ ਬੰਦੀ ਲਾਉਣੀ ਚਾਹੀਦੀ, ਵੀਜ਼ੇ ਦੇ ਦੇਣੇ ਚਾਹੀਦੇ ਸੀ, ਪਾਕਿਸਤਾਨ ਗੌਰਮੈਂਟ ਵੀਜ਼ੇ ਆਪਣੀ ਗੌਰਮੈਂਟ ਨੂੰ ਦੇ, ਟੀਮ ਨੂੰ ਦੇ ਕੇ। ਦੇਖੋ, ਮੈਂ ਕਹਿੰਦਾ ਮੈਂ ਉਹਦੀ ਪੁਰਜ਼ੋਰ ਨਿੰਦਿਆ ਕਰਦਾ। ਪ੍ਰੈਸ ਵੀ ਇੱਕ ਤੀਜੀ ਅੱਖ ਹੈਗੀ ਜਿਹੜੀ ਦੇਖਦੀ ਹੈ ਸਾਰੇ ਕਾਸੇ ਨੂੰ। ਪ੍ਰੈਸ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਸੱਚਾਈ ਕਿਸੇ ਦੀ ਵੀ ਹੈ ਡੱਟ ਕੇ ਲਿਖਿਆ ਕਰੋ, ਭਾਵੇਂ ਕੋਈ ਹੈ, ਜਿਹੜੀ ਗਲਤ ਹੈ ਗਲਤ, ਜੇ ਠੀਕ ਹੈ ਠੀਕ, ਗਲਤ ਸੱਚੇ ਨੂੰ ਝੂਠਾ ਨਾ ਕਹੋ, ਝੂਠੇ ਨੂੰ ਸੱਚਾ ਨਾ ਕਹੋ, ਜੋ ਮਰਜ਼ੀ ਹੋਵੇ, ਇਹ ਤੁਹਾਡੀ ਵੀ ਡਿਊਟੀ ਹੈ। ਪਰ ਪ੍ਰੈਸ ਦੇ ਉੱਤੇ ਇਹ ਗੱਲ ਕਰਨੀ ਪ੍ਰੈਸ ਦੀ ਡਿਊਟੀ ਹੈ। ਹੁਣ ਮੈਂ ਇੱਥੇ ਆਇਆ, ਜੋ ਮਰਜ਼ੀ ਸਵਾਲ ਤੁਸੀਂ ਪੁੱਛ ਸਕਦੇ ਹੈ, ਜੇ ਮੈਨੂੰ ਕੋਈ ਆਉਂਦਾ ਹੋਊ ਮੈਂ ਜਵਾਬ ਦੇ ਦੂੰ, ਜੇ ਮੈਨੂੰ ਨਹੀਂ ਆਉਂਦਾ ਹੋਊ ਮੈਂ ਤੁਹਾਨੂੰ ਨਾ ਕਰ ਦੂੰਗਾ ਕਿ ਮੈਨੂੰ ਇਹਦਾ ਪਤਾ ਨਹੀਂ ਹੈਗਾ। ਪਰ ਮੇਰਾ ਇੱਥੇ ਕੋਈ ਲੜਨ ਵਾਸਤੇ ਤਾਂ ਨਹੀਂ ਮੈਂ ਤੁਹਾਡੇ ਨਾਲ ਆਇਆ, ਨਾ ਸਾਡੀ ਡਿਊਟੀ ਅਸੀਂ ਲੜਨੀ ਤਾਂ ਸਾਡੀ ਕਿਸੇ ਨਾਲ ਵੀ ਡਿਊਟੀ ਨਹੀਂ, ਅਸੀਂ ਕਿਸੇ ਨਾਲ ਲੜੀਏ। ਸੋ ਉਹਦੀ ਮੈਂ ਜਿੰਨੀ ਨਿੰਦਿਆ ਕੀਤੀ ਜਾਵੇ ਥੋੜ੍ਹਾ, ਉਹਦਾ ਪਹਿਲਾਂ ਵੀ ਇੱਕ ਵਾਰੀ ਪ੍ਰੈਸ ਕਲੱਬ ਚੰਡੀਗੜ੍ਹ 'ਚ ਆਇਆ ਸੀ, ਉਦੋਂ ਵੀ ਇਹੀ ਹੋਇਆ ਸੀ, ਭੱਜ ਗਿਆ ਸੀ ਵਿੱਚੋਂ ਹੀ ਛੱਡ ਕੇ। ਸੋ ਕਈ ਥਾਈਂ ਪਹਿਲਾਂ ਵੀ ਲੜਾਈ ਝਗੜੇ ਕਰ ਹਟਿਆ, ਉਹਨੂੰ ਪ੍ਰੈਸ ਦਾ ਉਹ ਸਾਹਮਣਾ ਨਹੀਂ ਕਰ ਸਕਦਾ, ਉਹ
ਅਹੁਦੇਦਾਰ ਹੈਗੇ ਨੇ ਸਾਡੇ ਨਾਲ ਸਾਡੇ ਫੈਡਰੇਸ਼ਨ ਦੇ ਵਿੱਚ। ਖੇਡਾਂ ਦੇ ਵਿੱਚ ਸਾਡੀ ਕੋਈ ਅਕਾਲੀ ਕਾਂਗਰਸ ਵਾਲੀ ਜੇ ਕਿਸੇ ਦੀ ਗੱਲ ਨਹੀਂ, ਇਹਦੇ ਕਾਂਗਰਸੀ ਮੈਂਬਰ ਬਣ ਸਕਦੇ ਨੇ, ਹੋਰ ਪਾਰਟੀਆਂ ਵੀ ਬਣ ਸਕਦੀਆਂ, ਇਹ ਖੇਡਾਂ ਦੀ ਗੱਲ ਹੀ, ਇਹਦੇ 'ਚ ਅਸੀਂ ਪਾਰਟੀ ਬਾਜ਼ੀ ਨਹੀਂ ਵਾੜਦੇ। ਜਿਵੇਂ ਦੱਸੋ ਸਾਡੀ ਸਟੇਟ ਬਾਡੀ ਹੈ ਜਲੰਧਰ ਦਾ, ਸਾਡਾ ਪ੍ਰਧਾਨ ਕਾਂਗਰਸ ਦਾ, ਸਾਡਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਦਾ, ਉਹ ਇਹੋ ਜਿਹੀ ਗੱਲ ਨਹੀਂ ਹੈਗੀ। ਨਹੀਂ ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ, ਹੁਣ ਅਸੀਂ ਕਿਹੜਾ ਘਰੋਂ ਕਿਸੇ ਨੂੰ ਸੱਦ ਕੇ ਲੈ ਕੇ ਆਉਣਾ, ਉਹੀ ਆ ਜਾਓ ਜਿਹੜਾ ਮਰਜ਼ੀ, ਪਰ ਖੇਡਾਂ 'ਚ ਕੋਈ ਰਾਜਨੀਤੀ ਨਹੀਂ ਹੈਗੀ ਕਾਂਗਰਸ ਅਕਾਲੀ ਦਲ ਦੀ। ਅਸੀਂ ਉਹਨਾਂ ਨੇ ਖੇਡਾਂ 'ਚ, ਮੈਂ ਦੱਸਿਆ ਅਸੀਂ ਖੁਦ ਕਰਾਈਆਂ ਨਾਲ ਆਪ, ਨਹੀਂ ਤਾਂ ਫਿਰ ਅਸੀਂ, ਮੈਂ ਆਪ ਜਾ ਕੇ ਸਾਰਿਆਂ 'ਤੇ ਅਸੀਂ ਆਪ ਕਰਾਇਆ, ਮੈਨੂੰ ਰਾਣੇ ਸੋਢੀ ਦੇ ਪਿੰਡ ਗੁਰੂ, ਉੱਥੇ ਮੈਂ ਗੁਰੂ ਹਰ ਸਾਹਿਬ ਆਪ ਜਾ ਕੇ ਆਇਆ, ਸਟੇਜ 'ਤੇ ਬੋਲ ਕੇ ਵੀ ਆਇਆ ਸੀ ਸਾਰਾ ਕੁਝ, ਇਹ ਵੀ ਕਹਿ ਕੇ ਆਇਆ ਸੀ ਇਹਨੂੰ ਵਰਲਡ ਕੱਪ ਨੂੰ ਜਾਰੀ ਰੱਖੋ, ਬੰਦ ਨਾ ਕਰੋ, ਐਂ ਨਹੀਂ ਖੇਡਾਂ 'ਚ ਨਹੀਂ ਰਾਜਨੀਤੀ। ਮੈਂ ਤਾਂ ਪਹਿਲਾਂ, ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਲੁੱਕਾ ਜੀ ਦਾ, ਜਿਹਨਾਂ ਨੇ ਅੱਜ ਕਬੱਡੀ ਐਸੋਸੀਏਸ਼ਨ ਦੀ ਇੱਥੇ ਚੋਣ ਕਰਵਾਈ ਹੈ, ਔਰ ਸਰਬਸੰਮਤੀ ਨਾਲ ਮੈਨੂੰ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਚੁਣਿਆ, ਮੈਂ ਇਹਨਾਂ ਦਾ ਧੰਨਵਾਦ ਕਰਦਾ, ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਮੇਰੇ ਵਰਗੇ ਦਾਸ ਨੂੰ ਕਬੱਡੀ ਐਸੋਸੀਏਸ਼ਨ ਦਾ ਜ਼ਿਲ੍ਹੇ ਦਾ ਪ੍ਰਧਾਨ ਚੁਣ ਕੇ ਜਿਹੜਾ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ਮੈਂ ਬੜੀ ਪਾਕਖੂਬੀ ਇਹ ਜ਼ਿੰਮੇਵਾਰੀ ਜਿਹੜੀ ਹੈ ਨਿਭਾਵਾਂਗਾ। ਔਰ ਜਿਹੜੇ ਸਾਡੇ 71 ਬਣੇ ਨੇ, ਇਹ ਵੀ ਕਬੱਡੀ ਦੇ ਨਾਲ ਡੀ ਪੀ ਆਰ ਟੀਚਰ ਨੇ, ਪ੍ਰਾਈਵੇਟ ਸਕੂਲ ਕੋਚ ਨੇ, ਇਹ ਵੀ ਬਹੁਤ ਵਧੀਆ ਕਬੱਡੀ ਦੇ ਜਿਹੜੇ ਪਲੇਅਰ ਵੀ ਰਹੇ ਨੇ, ਇਹ ਵੀ ਸਾਡੇ ਨਾਲ ਸਹਿਯੋਗ ਦੇਣਗੇ, ਔਰ ਇੱਥੇ ਵੀ ਕਬੱਡੀ ਦੀਆਂ ਟੀਮਾਂ 3-4 ਰਾਜੀਆਂ ਹੋਈਆਂ ਨੇ, ਔਰ ਅਸੀਂ ਬੜੇ ਵਧੀਆ ਢੰਗ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਬੱਡੀ ਦਾ ਜਿਹੜੀ ਖੇਡ ਨੂੰ ਪ੍ਰਫੁੱਲਿਤ ਕਰਾਂਗੇ।